ਕਿੰਨੀ ਵੋਟਾਂ ਨੇ ਮੈਂ ਮੁੰਡੇ ਨੂੰ ਟੋਟਲ ਵੀ ਨਹੀਂ ਲਾਇਆ ਮੇਰੇ ਖਿਆਲ ਆ 700 ਵੋਟ ਤੋਂ 900 ਵੋਟ ਦੇ ਲੱਗੇ ਆਜ਼ਾਦ ਤੇ ਖੜੇ ਸੀ ਮੈਂ ਆਜ਼ਾਦ ਖੜਾ ਸੀ ਵਿਕਟਰੀ ਬਣਾ ਲਈ ਭਾਈ ਪਿੱਛੇ ਜਾ ਰਿਹਾ ਭਾਈ ਵਿਕਟਰੀ ਬਣਾ ਲਈ ਵਿਕਟਰੀ ਇਹ ਪਿੱਛੇ ਮੈਂ ਇਹ ਜੋ ਕਹਿਣਾ ਜੀ ਪਬਲਿਕ ਨੇ ਕਹਿਤਾ ਔਰ ਬੜੀ ਖੁੱਲ ਕੇ ਗਿਆ ਮੈਂ ਸਾਰੇ ਇਲੈਕਸ਼ਨ ਅੱਜ ਤੱਕ ਭਾਰੀ ਮਤਾਂ ਨਾਲ ਜਿੱਦਾਂ ਆ ਰਿਹਾ ਸੀ 500 ਤੇ 900 ਤੇ 650 ਤੇ ਆ ਵੀ ਮੇਰਾ ਖਿਆਲ ਆ 700-800 ਦੇ ਉੱਤੇ ਲੀਡ ਆ ਮੈਂ ਟੋਟਲ ਨਹੀਂ ਕੀਤਾ ਹਜੇ ਤੱਕ 800-900 ਦੇ ਉੱਤੇ ਆ ਮੇਰਾ ਖਿਆਲ ਲੀਡ ਜੋ 800 ਦੇ ਉੱਤੇ ਹੋਏਗੀ ਮਤਲਬ ਕਦੀ ਵੀ ਮੇਰੀ ਲੀਡ ਪਰਮਾਤਮਾ ਦੀ ਕਿਰਪਾ ਨਾਲ ਕਿਉਂਕਿ ਮੈਂ ਪਬਲਿਕ ਦੇ ਨਾਲ ਰਿਹਾ ਪਬਲਿਕ ਲਈ ਕੰਮ ਕੀਤਾ ਔਰ ਇਮਾਨਦਾਰੀ ਆਪਣੀ ਪਹਿਚਾਣ ਬਣਾਈ ਔਰ ਤਾਂ ਜ਼ਿੰਦਗੀ ਇਮਾਨਦਾਰੀ ਮੇਰੀ ਪਹਿਚਾਣ ਰਹੇਗੀ ਔਰ ਅੱਜ ਜਿਹੜੇ ਬੰਦੇ ਸਾਜਿਸ਼ ਕਰਤਾ ਸੀਗੇ ਉਹਨਾਂ ਨੂੰ ਹੁਸ਼ਿਆਰਪੁਰ ਦੀ ਪਬਲਿਕ ਨੇ ਬੜਾ ਜਿਹਨੂੰ ਕਹਿੰਦੇ ਆ ਮਾਕੂਲ ਜਵਾਬ ਪਹਿਲਾ ਰਾਉਂਡ ਲਗਭਗ ਖਤਮ ਹੋ ਚੁੱਕਾ ਹੈ ਮੇਰੀ ਬੇਨਤੀ ਹੈ ਕਿ ਸਾਰੇ ਕੈਂਡੀਡੇਟ ਕਾਇੰਡੀ ਸਿਗਨੇਚਰ ਕਰਕੇ ਜਾਣ ਜਿਨ੍ਹਾਂ ਦੇ ਤੀਜਾ ਰਾਉਂਡ ਚੱਲਿਆ ਹੈ ਉਹ ਜਾਣ ਤੋਂ ਪਹਿਲਾਂ ਸਿਗਨੇਚਰ ਜ਼ਰੂਰ ਕਰ ਜਾਣ ਸ਼ੀਟ ਤੇ ਔਰ ਹੁਸ਼ਿਆਰਪੁਰ ਵਾਸੀਆਂ ਦਾ ਜਿਹੜੇ ਟੇਬਲ ਦੇ ਉੱਪਰ ਕਾਉਂਟਿੰਗ ਪ੍ਰੋਸੈਸ ਕੰਪਲੀਟ ਹੋ ਚੁੱਕਾ ਹੈ ਰਿਜ਼ਲਟ ਦੇ ਚੁੱਕੇ ਹੈ ਉਹਨਾਂ ਦੇ ਸੇਵਾਦਾਰ ਇੱਕ ਤੋਂ ਲੈ ਕੇ ਤਾਂ ਲਾਈਨ 'ਚ ਆਪਣੀ ਮਸ਼ੀਨਾਂ ਲੈ ਕੇ ਖੜੇ ਹੋ ਜਾਂਦੇ ਵਾਰਡ ਨੰਬਰ 3 ਮਨਮੀਤ ਕੌਰ ਤੁਲੀ ਕਾਂਗਰਸ ਪਾਰਟੀ ਮੈਂ ਸ਼੍ਰੀ ਸੁੰਦਰ ਸ਼ਾਮ ਅਰੋੜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਦੀ ਗਾਈਡੈਂਸ ਹੇਠ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਹੈ ਸਾਡੇ ਸੰਤ ਸਾਹਿਬਾਨ ਗੁਰਦੁਆਰਾ ਟਿੱਬਾ ਸਾਹਿਬ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਸਾਨੂੰ ਸਪੋਰਟ ਕਰਨ ਲਈ ਸਾਡੇ ਤੇ ਵਿਸ਼ਵਾਸ ਕਰਨ ਲਈ ਅਸੀਂ ਉਹਨਾਂ ਨੂੰ ਯਕੀਨ ਦਿਲਾਉਂਦੇ ਹਾਂ ਕਿ ਉਹਨਾਂ ਦੀ ਉਮੀਦਾਂ ਤੇ ਜ਼ਰੂਰ ਜ਼ਰੂਰ ਖਰੇ ਉਤਰਾਂਗੇ ਕਿੰਨੇ ਨੰਬਰ ਸੀਗਾ ਜੀ ਹਾਂਜੀ ਭੈਣ ਜੀ ਮੈਂ ਬਲਿੰਦਰ ਕੌਰ ਵਾਰਡ ਨੰਬਰ 25 ਤੋਂ ਕਾਂਗਰਸ ਕੈਂਡੀਡੇਟ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਪਰਮ ਪਿਤਾ ਪਰਮੇਸ਼ਵਰ ਦਾ ਆਪਣੀ ਕਾਂਗਰਸ ਪਾਰਟੀ ਦਾ ਤੇ ਆਪਣੇ ਵਾਰਡ ਨਿਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਾ ਮੌਕਾ ਬਖਸ਼ਿਆ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਮੈਨੂੰ ਵੋਟਾਂ ਪਾ ਕੇ ਜੋ ਇਹ ਮੈਨੂੰ ਉਹਨਾਂ ਨੇ ਆਪਣਾ ਆਸ਼ੀਰਵਾਦ ਦੇ ਕੇ ਮੈਨੂੰ ਮਾਣ ਨਿਵਾਜਿਆ ਹੈ ਮੈਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸਾਡੀ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਇਹ ਮਾਣ ਨਿਵਾਜ ਕੇ ਮੈਨੂੰ ਪਬਲਿਕ ਦੀ ਸੇਵਾ ਕਰਨ ਦਾ ਮੇਰੇ ਆਪਣੇ ਸੰਗੀ ਸਾਥੀਆਂ ਦੀ ਸੇਵਾ ਕਰਨ ਦਾ ਮਾਣ ਬਖਸ਼ਿਆ ਧੰਨਵਾਦ ਜੀ ਅੱਜ ਦਾ ਜਿਹੜਾ ਅੱਜ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ 50 ਚੋਂ 41 ਸੀਟਾਂ ਉਹਨਾਂ ਨੇ ਸਾਨੂੰ ਜਿਤਾ ਕੇ ਬਹੁਤ ਵੱਡਾ ਵਿਸ਼ਵਾਸ ਸਾਡੇ ਤੇ ਜਿਹੜਾ ਉਹਨਾਂ ਨੇ ਕਾਇਮ ਕੀਤਾ ਇਹ ਸਾਰੀਆਂ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਜਿਹੜੀਆਂ ਵਿਕਾਸ ਦੀਆਂ ਨੀਤੀਆਂ ਸੀ ਉਹਨਾਂ ਨੂੰ ਹੁਸ਼ਿਆਰਪੁਰ ਵਾਸੀਆਂ ਨੇ ਮੋਹਰ ਲਾਈ ਹੈ ਔਰ ਪਹਿਲੀ ਵਾਰ ਜਿਹੜੀ ਹੁਸ਼ਿਆਰਪੁਰ ਦੇ ਅੰਦਰ ਜਿਹੜੀ ਕਾਰਪੋਰੇਸ਼ਨ ਹੈ ਕਾਂਗਰਸ ਦੀ ਬਣਨ ਜਾ ਰਹੀ ਹੈ ਸਰ ਕਿੰਨੇ ਟਾਈਮ ਹੋ ਗਿਆ ਕਾਂਗਰਸ ਦੀ ਕਾਰਪੋਰੇਸ਼ਨ ਬਣੇ ਨੂੰ ਬਹੁਤ ਸਮਾਂ ਹੋ ਗਿਆ ਕਿੰਨਾ ਟਾਈਮ ਹੋ ਗਿਆ ਜੀ ਸਮਾਂ ਇਦਾਂ ਦਾ ਮੈਨੂੰ ਤਾਂ 25-30 ਸਾਲ ਤੋਂ ਤਾਂ ਬਣੀ ਨਹੀਂ ਪਹਿਲਾਂ ਦਾ ਪਤਾ ਨਹੀਂ ਪਹਿਲੀ ਵਾਰ ਲੋਕਾਂ ਨੇ ਧੰਨਵਾਦ ਕਰਦਾ ਕਿ ਸ਼ਾਂਤਮਈ ਇਲੈਕਸ਼ਨ ਹੋ ਗਏ ਇਹਦੇ ਲਈ ਸਾਰੇ ਹੁਸ਼ਿਆਰਪੁਰ ਵਾਸੀਆਂ ਦਾ ਮੈਂ ਕਿਸੇ ਨੂੰ ਕੁਛ ਨਹੀਂ ਕਹਿਣਾ ਚਾਹੁੰਦਾ ਇਹ ਲੋਕਾਂ ਦਾ ਫੈਸਲਾ